ਪੰਜਾਬ ਪੁਲਿਸ ਹਰ ਤਰ੍ਹਾਂ ਦੀ ਸਮੱਸਿਆ ਨਾਲ ਜਿੱਟਣ ਲਈ ਤਿਆਰ ਬਰ ਤਿਆਰ சுரேਸ਼ अरोड़ा ਪੰਜਾਬ ਪੁਲਿਸ ਮੁਖੀ ਡੀਜੀਪੀ சுரேਸ਼ अरोड़ा ਨੇ ਅਜੀਤ ਵੈਬ ਟੀਵੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਪੁਲਿਸ ਹਰ ਤਰ੍ਹਾਂ ਦੀ ਸਮੱਸਿਆ ਨਾਲ ਜਿੱਟਣ ਲਈ ਤਿਆਰ ਬਰ ਤਿਆਰ ਹੈ ਉਹ ਜਿਵੇਂ ਕਿ ਸੀ ਡਰੱਗਜ਼ ਦੇ ਮਸਲੇ ਬਾਰੇ ਗੱਲ ਕੀਤੀ ਹੈ ਠੀਕ ਹੈ ਕਿ ਵੀ ਇਹ ਇੱਕ ਸਮੱਸਿਆ ਅਸੀਂ ਫੇਸ ਕਰ ਰਹੇ ਹਾਂ ਔਰ ਇਹਦੇ ਦੋ ਪਹਿਲੂ ਹੈ ਇਕ ਸਪਲਾਈ ਦਾ ਤੇ ਦੂਜਾ ਹੁੰਦਾ ਆਪਣਾ ਡਿਮਾਂਡ ਦਾ ਸਪਲਾਈ ਦੇ ਵਿੱਚ ਇਨਫੋਰਸਮੈਂਟ ਆਂਦੀ ਹੈ ਔਰ ਮੈਂ ਸਮਝਦਾ ਕਿ ਵੀ ਪੰਜਾਬ ਪੁਲਿਸ ਨੇ ਔਰ ਐਸਟਫ ਨੇ ਮਿਲ ਕੇ ਹੁਣ ਤੱਕ ਕਾਫੀ ਚੰਗੀ ਇਫੈਕਟਿਵਨੈਸ ਦਿਖਾਈ ਹੈ ਔਰ ਸਪਲਾਈ ਲਾਈਨ ਟੁੱਟਣ ਦੇ ਕਾਰਨ ਹੀ ਜਦ ਜਿਹਨਾਂ ਦੀ ਡਿਪੈਂਡੈਂਸ ਹੁੰਦੀ ਹੈ ਡਰੱਗਸ ਦੇ ਉੱਤੇ ਉਹ ਫਿਰ ਆਲਟਰਨੇਟਿਵ ਡਰੱਗਸ ਦੇ ਉੱਤੇ ਜਾਂ ਸਿੰਥੈਟਿਕ ਡਰੱਗਸ ਦੇ ਉੱਤੇ ਜਾਂ ਕੰਟਾਮਿਨੇਟਿਡ ਡਰੱਗਸ ਦੇ ਵਾਲੇ ਪਾਸੇ ਚਲੇ ਜਾਂਦੇ ਨੇ ਤਾਂ ਉਹਦੇ ਬਾਰੇ ਵੀ ਲੋਕਾਂ 'ਚ ਕਾਫੀ ਜਾਗਰੂਕਤਾ ਆਈ ਹੈ ਔਰ ਜਿਨ੍ਹਾਂ ਕਾ ਫੁੱਟਫਾਲ ਵਧਿਆ ਹੈਗਾ ਜਿਹੜੇ ਸਾਡੇ ਔਰ ਸੈਂਟਰ ਹੈਗੇ ਉਥੋਂ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਬਈ ਹੁਣ ਲੋਕ ਵੀ ਜਾਗਰੂਕ ਹੋਏ ਆਂ ਔਰ ਇਸ ਸਮੱਸਿਆ ਤੇ ਸਾਰੇ ਸਟੈਪਸ ਚੁੱਕੇ ਜਾ ਰਹੇ ਨੇ ਅਵੇਨੈਸ ਵੀ ਕ੍ਰੀਏਟ ਕੀਤੀ ਜਾ ਰਹੀ ਹੈ ਜਿੱਥੇ ਤੱਕ ਸਵਾਲ ਹੈਗਾ ਕਿ ਬਈ ਕੁਝ ਯੂ نو ਗੱਲਾਂ ਇਹ ਜੇ ਸਾਹਮਣੇ ਆਈਆਂ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਜਾਂ ਕੋਈ ਅਸਿਨੇ ਅਧਿਕਾਰੀਆਂ ਦੇ ਉੱਤੇ ਕੋਈ ਅਲੀਗੇਸ਼ਨ ਹੈ ਤਾਂ ਮੈਂ ਸਮਝਦਾ ਕਿ ਇਹਦੇ ਦੋ ਪਹਿਲੂ ਹੈ ਇੱਕ ਤਾਂ ਇਹ ਕਿ ਵੀ ਜਿਵੇਂ ਹਰ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਨਾ ਕੋਈ ਬਲੈਕਸ਼ੀਪ ਜਾਂ ਕਮੀ ਹੁੰਦੀ ਹੈ ਔਰ ਉੱਥੇ ਪੁਲਿਸ ਦੇ ਵਿੱਚ ਵੀ کہیں ਨਾ کہیں ਸਾਨੂੰ ਇਹ ਸਾਡੇ ਨੋਟਿਸ 'ਚ ਆਂਦਾ ਪਰ ਤੁਹਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਏਗੀ ਕਿ ਵੀ ਸਾਡੇ ਹੀ ਇੱਕ ਆਰਗੇਨਾਈਜੇਸ਼ਨ ਹੈ ਅਸੀਂ ਜਿੱਥੇ ਸਾਨੂੰ ਜਿੱਥੇ ਪਤਾ ਲੱਗਦਾ ਹੈ ਤੇ ਅਸੀਂ ਉੱਥੇ ਇਮੀਡੀਏਟਲੀ ਐਕਸ਼ਨ ਵੀ ਲੈਂਦੇ ਹਾਂ ਔਰ ਕਾਰਵਾਈ ਵੀ ਕਰਦੇ ਹਾਂ ਮਸਲਨ ਤੌਰ ਤੇ ਇਵਨ ਅੱਜ ਵੀ ਸਾਡੇ ਮਠਿੰਡਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਦਾ ਇੱਕ ਸ਼ਮੂਲੀਅਤ ਡਰੱਗਸ ਮਗਲ ਦੇ ਨਾਲ ਨੋਟਿਸ ਆਈ ਉਹਦੇ ਵਾਸਤੇ ਤੁਰੰਤ ਕਾਰਵਾਈ ਕੀਤੀ ਗਈ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਸਤੇ ਪਰਚਾ ਦਿੱਤਾ ਗਿਆ ਔਰ ਸ਼ਾਇਦ ਹੁੰਦਾ ਗੁਣੂ 311 ਦੇ ਵਿੱਚ ਅ ਬਰਖਾਸਤ ਵੀ ਕਦ ਤੱਕ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਇਹ ਮੰਨ ਕੇ ਚੱਲ ਪਈਏ ਕਿ ਵੀ ਸਾਰੀ ਜਿਵੇਂ ਪੰਜਾਬ ਪੁਲਿਸ ਹੀ ਇਧਰਲੇ ਪਾਸੇ ਉਹਨਾਂ ਦੀ ਜੇ ਕੋਈ ਕਮੀ ਹੈ ਐਸੀ ਗੱਲ ਨਹੀਂ ਹੈ ਔਰ ਜਿੱਥੇ ਤੱਕ ਕੁਝ ਤੁਸੀਂ ਦੇਖਦੇ ਹੋਵੋਗੇ ਆਉਣ ਵਾਲੇ ਕੁਝ ਦਿਨਾਂ ਚ ਇਹ ਗੱਲ ਚੱਲ ਰਹੀ ਸੀਗੀ ਮੈਂ ਸਮਝਦਾ ਉਹ ਇੱਕ ਸਮੱਸਿਆ ਐਸੀ ਹੈ ਜਿੱਦਾਂ ਕਿ ਅ SIT ਨੇ ਆਪਣੀ ਸਾਰੀ ਰਿਪੋਰਟ ਤਿਆਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤੀ ਹੋਈ ਹੈ ਔਰ ਕੋਰਟ ਵੱਲੋਂ ਜਦ ਤੱਕ ਫੈਸਲਾ ਨਾ ਆਵੇ ਜਿਹੜਾ ਵਿਚਾਰ ਅਧੀਨ ਕੰਮ ਹੁੰਦਾ ਹੈ ਉਹ ਕੋਰਟ ਦੇ ਵਿਚਾਰधीन ਹੁੰਦਾ ਹੈ ਉਹਦੇ ਉੱਤੇ ਟਿੱਪਣੀ ਕਰਨਾ ਮੈਂ ਸਮਝਦਾ ਕਿ ਵੀ ਵਾਜਿਫ ਨਹੀਂ ਹੋਏਗਾ ਇਸ ਸਟੇਜ ਤੇ ਬਹੁਤ ਜਲਦੀ ਹੀ ਸਚਾਈ ਸਾਹਮਣੇ ਆਉਗੀ ਇੱਕ ਜਿਹੜਾ ਕਿ ਬਤੌਰ ਡੀਜੀਪੀ ਮੇਰਾ ਕੰਸਰਨ ਹਮੇਸ਼ਾ ਰਿਹਾ ਹੈ ਔਰ ਹੁਣ ਵੀ ਹੈਗਾ ਦッコ ਇਹ ਤਾਂ ਅਸੀਂ ਜੇ ਪਿੱਛੇ ਮੁੜ ਕੇ ਵੇਖੀਏ ਤਾਂ ਪੰਜਾਬ ਦੇ ਵਿੱਚ ਵਿਦੇਸ਼ੀ ਤਾਕਤਾਂ ਜਾਂ ਬਾਹਰ ਕਈ ਕੁਝ ਐਸੇ ਰੈਡੀਕਲ 엘మెంట్ਸ ਅਗੇ ਕਿ ਉਹ ਟਾਈਮ ਟੂ ਟਾਈਮ ਉਹਨਾਂ ਦੇ ਇੱਕ ਐਫਰਟ ਇਹ ਚੱਲਦੀ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤਾਂ ਦੇ ਵਿੱਚ ਗੜਬੜੀ ਪੈਦਾ ਕਰੀਏ ਮੈਂ ਸਮਝਦਾ ਕਿ ਪੰਜਾਬ ਪੁਲਿਸ ਦਾ ਸਦਕਾ ਔਰ ਜੋ ਇੱਕ ਲੋਕਾਂ ਦੀ ਹਮੇਸ਼ਾ ਕੋਆਪਰੇਸ਼ਨ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਕੀਸੀ ਵੀ ਸਮੱਸਿਆ ਨੂੰ ਨਿਢਠਣ ਵਾਸਤੇ ਤਾਂ ਇਹ ਹਮੇਸ਼ਾ ਪੰਜਾਬ ਪੁਲਿਸ ਇੱਕ ਚੰਗੀ ਫੋਰਸ ਬਣ ਕੇ ਉਭਰ ਕੇ ਆਈ ਹੈ ਔਰ ਹਰ ਚੈਲੰਜ ਦਾ ਫੈਸਲਾ ਕੀਤਾ ਹੈ